ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮੈਰੀਕਾ ਦੀਆਂ ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਗੁਰਦੁਆਰਾ ਸ਼ਹੀਦਾਂ ਹਿਕਸਵਿਲ ਨਿਊਯਾਰਕ ਵਿਖੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਰਾਤ ਨੂੰ 7 ਤੋਂ 9 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ ਅਤੇ ਜਿਹੜੇ 2 ਐਤਵਾਰ ਵਿੱਚ ਆਉਣਗੇ ਉਹਨਾਂ ਦੇ ਵਿੱਚ ਚੁਪਹਿਰਿਆਂ ਦੇ ਵਿੱਚ ਆਪ ਜੀਆਂ ਦੇ ਮੈਂ ਦਰਸ਼ਨ ਕਰਾਂਗਾ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਅੱਗੇ ਤੋਂ ਅੱਗੇ ਮੈਸੇਜ ਨੂੰ ਸ਼ੇਅਰ ਵੀ ਕਰਿਓ ਔਰ ਸਾਰਿਆਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਸ ਸਮਾਗਮ ਦੇ ਵਿੱਚ ਦਰਸ਼ਨ ਵੀ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ ਨਾਲ ਗੁਰਬਾਣੀ ਦੀ ਸੰਸਿਆ, ਕਿਵੇਂ ਬੱਚੇ ਅਰਦਾਸਾਂ ਕਰਦੇ ਨੇ, ਕਿਵੇਂ ਤੁਸੀਂ ਸਾਰਾ ਨਜ਼ਾਰਾ ਵੇਖਦੇ ਹੀ ਹੋ, ਕਿਵੇਂ ਬੱਚੇ ਸਾਰੇ ਜੁੜ ਰਹੇ ਨੇ। ਇਹ ਅਕੈਡਮੀ ਦੇ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਜੋ ਹੁਣ ਖੁੱਲ੍ਹ ਰਹੇ ਨੇ, 10 ਅਪ੍ਰੈਲ ਦੁਪਹਿਰੀ 12 ਵਜੇ ਇੱਥੇ ਇੰਟਰਵਿਊ ਹੋਏਗੀ ਬੱਚਿਆਂ ਦੀ। 8ਵੀਂ ਪਾਸ ਬੱਚੇ ਵੀ ਇਸ ਵਾਰੀ ਲਏ ਜਾਣਗੇ। ਉਹਨਾਂ ਦੀ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ ਫ੍ਰੀ ਕਰਾਈ ਜਾਏਗੀ। ਉਹ ਤੁਹਾਡੀ ਸੰਗਤ ਵੱਲੋਂ, ਤੁਹਾਡੀ ਮਾਇਆ 'ਚੋਂ ਹੀ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਬਿਲਕੁਲ ਫ੍ਰੀ ਕਰਾਈ ਜਾਏਗੀ ਜਿਹੜੇ ਬੱਚੇ ਇੱਥੇ ਦਾਖਲ ਹੋਣਗੇ ਉਹਨਾਂ ਦੀ। 10 ਅਪ੍ਰੈਲ ਦਿਨ ਬੁੱਧਵਾਰ 12 ਵਜੇ ਜੋ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ, ਇਸ ਜਗ੍ਹਾ 'ਤੇ ਨਵੇਂ ਬੱਚਿਆਂ ਦੀ ਇੰਟਰਵਿਊ ਹੈ ਅਤੇ ਇਹ ਜਿਹੜੇ ਟਰੱਸਟ ਦੇ ਨੰਬਰ TV 'ਤੇ ਚੱਲਦੇ ਨੇ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲਓ ਕਿ ਕਿਹੜੀ ਕਿਹੜੀ ਚੀਜ਼ ਲੈ ਕੇ ਆਉਣੀ ਹੈ ਅਤੇ ਉਸ ਹਿਸਾਬ ਨਾਲ ਉਹਨਾਂ ਨੂੰ ਫਿਰ ਇੱਥੇ ਦਾਖਲ ਕੀਤਾ ਜਾਏਗਾ ਨਵੇਂ ਸੈਸ਼ਨ ਵਾਸਤੇ। ਇਹ ਬੇਨਤੀਆਂ ਪ੍ਰਵਾਨ। 20 ਅਪ੍ਰੈਲ ਨੂੰ ਜੋ ਰਹਿਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਉਵਿੰਡ ਸਾਹਿਬ, ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ ਅਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਅਤੇ ਲੰਗਰ ਪ੍ਰਸ਼ਾਦ ਛੱਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ, ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਜਿੰਨੀ ਸੰਗਤ ਅੰਦਰ ਸੀ ਉਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛੱਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰਹਿਣ ਸਭਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰਹਿਣ ਸਭਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ, ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰਹਿਣ ਸਭਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਰਹਿਣ ਸਭਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ।
ਤੇ ਜਦੋਂ ਮੈਂ ਐਂਟਰ ਹੋਣ ਲੱਗਾ ਦੋ ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਆ ਲੱਖ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ 'ਤੇ ਖੜਾ ਹੋ ਗਿਆ। ਬੋਲੇ ਸੋਨਿਹਾਲ ਕਰਾਮਾਤ ਜਿਹਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪੌਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬੱਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸੌ ਸੌ ਪ੍ਰੇਮੀਆਂ ਨੂੰ, ਦੋ ਦੋ ਸੌ ਪ੍ਰੇਮੀਆਂ ਨੂੰ ਪ੍ਰੇਰਨਾ, ਪੰਜ ਪੰਜ ਸੌ ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ ਪੌਵਿੰਡ ਸਾਹਿਬ ਭਿੱਖੀ ਮਿੰਡ ਦੇ ਕੋਲ। ਇਹ ਅਸਥਾਨ ਹੈ ਭਿੱਖੀ ਮਿੰਡ, ਭਰ ਲੈਣਾ ਗੂਗਲ ਦੇ ਉੱਤੇ ਪੌਵਿੰਡ ਸਾਹਿਬ, ਭਰ ਲਓਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ 'ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ, 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਘਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਗੁਰਦੁਆਰਾ ਨਾਨਕ ਸਰ ਠਾਠ ਚਰੋਲੀ ਸ਼ਾਹਬਾਦ, ਇਸ ਪਾਵਨ ਪਵਿੱਤਰ ਅਸਥਾਨ 'ਤੇ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਬੈਠੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਇਹ ਜੋ ਯੂਟਿਊਬ ਦਾ ਲਿੰਕ ਤੁਹਾਡੇ ਤੱਕ ਪਹੁੰਚਿਆ, ਜਿਹੜੇ ਲਾਈਵ ਦੇਖ ਰਹੇ, ਮੇਰੀ ਬੇਨਤੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਜਿਨ੍ਹਾਂ ਨੇ ਅਜੇ ਤੱਕ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਲਓ ਤਾਂ ਜੋ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਿੱਚ ਹੋਰ ਵਾਧਾ ਹੋਵੇ। ਭਾਵਨਾ ਰੋਜ਼ਾਨਾ ਦੀ ਤਰ੍ਹਾਂ ਹੋਈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚਰਨਾਂ ਵਿੱਚ ਕੌਣ ਬੈਠਾ, ਆਖੋ ਧੰਨ ਬਾਬਾ ਦੀਪ। ਜਿਹੜੀਆਂ ਰੋਜ਼ ਆਪਾਂ ਇੱਕ ਦੋ ਜ਼ਰੂਰੀ ਬੇਨਤੀਆਂ ਕਰਦੇ ਹਾਂ, ਅੱਜ ਇੱਕ ਬੇਨਤੀ ਕਰਨੀ, ਉਸ ਤੋਂ ਬਾਅਦ ਸ਼ਬਦ ਪੜ੍ਹਨਾ। ਹੁਣ ਪਹਿਲੀ ਬੇਨਤੀ ਸੁਣਿਓ ਧਿਆਨ ਨਾਲ,
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਬੇਨਤੀ ਮੈਂ ਕਰਾਂ, ਉਸ ਤੋਂ ਪਹਿਲੇ ਸਭ ਕੋਲੋਂ ਪੁੱਛ ਲਾਂ, ਚੜ੍ਹਦੀ ਕਲਾ 'ਚ ਉਹ ਵਾਹ ਵਾਹ ਸੋ ਨਿਹਾਲ ਸ੍ਰੀ ਅਕਾਲ ਵਾਹ ਵਾਹ ਸਤ ਸ੍ਰੀ ਅਕਾਲ ਵਾਹ ਵਾਹ ਸਤ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ 'ਚ ਸਾਰੀ ਸੰਗਤ ਨੇ ਬਹਿਣਾ, ਜਿੰਨਾ ਕੁ ਸਮਾਂ ਆਪਾਂ ਗੁਰੂ ਪਿਤਾ ਜੀ ਦੀ ਗੋਦੀ 'ਚ ਸਤਿਗੁਰੂ ਨੇ ਸੇਵਾ ਲੈਣੀ, ਆਹੀ ਚੜ੍ਹਦੀ ਕਲਾ। ਕਿਤੇ ਵੀ ਢਹਿੰਦੀ ਕਲਾ ਨਹੀਂ ਆਪਣੇ ਅੰਦਰ ਆਉਣ ਦੇਣੀ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲ। ਤੋ ਇੱਕ ਬੇਨਤੀ ਕਰਕੇ ਫਿਰ ਆਪਾਂ ਸ਼ਬਦ ਪੜ੍ਹਨਾ, ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਔਰ ਅਜੋਕੇ ਸਮੇਂ ਦੇ ਵਿੱਚ ਇਸ ਚੀਜ਼ ਦੀ ਲੋੜ ਬੜੀ ਹੈ ਜਿਹੜੀ ਮੈਂ ਬੇਨਤੀ ਕਰਨ ਲੱਗਾ। ਹਰ ਚੀਜ਼ ਦੀ ਰਿਸਪੈਕਟ ਉਹਦੇ ਗੁਣ ਕਰਕੇ ਹੁੰਦੀ ਹੈ, ਗੁਣ ਕਰਕੇ। ਸੁਣਿਓ ਧਿਆਨ ਨਾਲ, ਹਰ ਚੀਜ਼ ਦੀ ਰਿਸਪੈਕਟ, ਹਰ ਚੀਜ਼ ਦਾ ਸਤਿਕਾਰ, ਹਰ ਚੀਜ਼ ਦੀ ਇੱਜ਼ਤ, ਹਰ ਚੀਜ਼ ਦਾ ਆਦਰ ਉਹਦੇ ਗੁਣ ਕਰਕੇ ਹੁੰਦਾ, ਗੁਣ ਕਰਕੇ। ਬੰਦੇ ਦਾ ਆਦਰ ਵੀ ਉਹਦੇ ਗੁਣ ਕਰਕੇ ਹੁੰਦਾ, ਗੁਣ ਕਰਕੇ। SSP ਭਾਵੇਂ ਉਮਰ ਵਿੱਚ 30 ਸਾਲਾਂ ਦਾ ਹੈ, DSP ਉਮਰ ਦੇ ਵਿੱਚ ਭਾਵੇਂ 40 ਸਾਲਾਂ ਦਾ ਹੋਵੇ, ਉਹਨੇ ਉਹਨੂੰ ਸਲਿਊਟ ਮਾਰਨੀ ਮਾਰਨੀ, ਕਿਉਂਕਿ ਉਹਦਾ ਵੱਡਾ SSP ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿਕਾਰ ਹੋਇਆ ਗੁਣ ਕਰਕੇ। ਹੁਣ ਕੋਈ ਗੁਰੂ ਦਾ ਰੰਗਿਆ ਹੋਇਆ ਕੀਰਤਨੀਆਂ ਜਾਵੇ, ਸੰਗਤਾਂ ਕਿਵੇਂ ਪਿਆਰ ਨਾਲ ਹੱਥ ਜੋੜਦੀਆਂ? ਚੋਰਾਂ ਦੇ ਅੱਗੇ ਕਿਉਂ ਨਹੀਂ ਕੋਈ ਜੋੜਦਾ? ਸੱਚੀ ਗੱਲ ਹੈ ਨਾ, ਜਿਹੜੇ ਔਗਣ ਕਰਦੇ ਨੇ ਉਹਨਾਂ ਅੱਗੇ ਕਿਉਂ ਨਹੀਂ ਕੋਈ ਹੱਥ ਜੋੜਦਾ? ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਅੱਗੇ ਸੰਗਤਾਂ ਹੱਥ ਜੋੜ ਜੋੜ ਕੇ ਖਲੋਂਦੀਆਂ ਨੇ। ਕਾਰਨ, ਉਹਨਾਂ ਦੇ ਕੋਲ ਨਾਮ ਜਪਣ ਦਾ ਗੁਣ ਹੈ। ਹਰ ਬੰਦੇ ਦਾ ਸਤਿਕਾਰ, ਹਰ ਚੀਜ਼ ਦੀ ਰਿਸਪੈਕਟ ਉਹਦੇ ਗੁਣ ਕਰਕੇ ਹੁੰਦੀ ਹੈ। ਅਤੇ ਅਗਲੀ ਚੀਜ਼ ਧਿਆਨ ਨਾਲ ਸੁਣਿਓ, ਗੁਣਵਾਨ ਚੀਜ਼ ਨੂੰ ਕੋਈ ਪਿਟਿਆ ਵੀ ਨਹੀਂ ਮੰਨਦਾ। ਗੁਣਾਂ ਨਾਲ ਭਰਪੂਰ ਚੀਜ਼ ਹੋਵੇ ਨਾ, ਹੁਣ ਤੁਸੀਂ ਦੱਸੋ, ਹੀਰਾ ਹੈ, ਹੀਰਾ ਕੂੜੇ ਵਾਲੀ ਜਗ੍ਹਾ 'ਤੇ ਵੀ ਡਿੱਗ ਪਵੇ, ਉੱਥੋਂ ਚੱਕ ਕੇ ਬੰਦਾ ਸਾਫ ਕਰਕੇ ਸੰਭਾਲ ਕੇ ਰੱਖ ਲਏਗਾ, ਸੁੱਟੇਗਾ ਨਹੀਂ। ਸੱਚੀ ਗੱਲ ਹੈ ਨਾ, ਚਾਹ ਦੇ ਵਿੱਚ ਮੱਖੀ ਪੈ ਜੇ, ਚਾਹ ਡੋਲ ਦਿੰਦੇ ਹਾਂ, ਪਰ ਜੇ ਦੇਸੀ ਘਿਓ 'ਚ ਪੈ ਜੇ ਫਿਰ ਘਿਓ ਸੁੱਟਦੇ ਹਾਂ? ਘਿਓ ਨਹੀਂ ਸੁੱਟਦੇ, ਕਿਉਂ? ਉਹ ਮਹਿੰਗੀ ਚੀਜ਼ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੱਚਾਈ ਕਹਿ ਰਹੇ ਹਾਂ ਨਾ, ਚਾਹ 'ਚ ਮੱਖੀ ਡਿੱਗੀ, ਚਾਹ ਸੁੱਟਤੀ, ਦੇਸੀ ਘਿਓ 'ਚ ਮੱਖੀ ਪੈ ਗਈ, ਮੱਖੀ ਕੱਢੀ ਬਾਹਰ, ਘਿਓ ਨੂੰ ਸਾਂਭ ਕੇ ਫਿਰ ਅੰਦਰ ਰੱਖ ਲਿਆ। ਮਹਿੰਗੀ ਚੀਜ਼, ਮਹਿੰਗੀ ਚੀਜ਼ ਨੂੰ ਕੋਈ ਪਿਟਿਆ ਵੀ ਨਹੀਂ ਮੰਨਦਾ, ਇਹ ਧਿਆਨ ਦੇਣਾ। ਅਤੇ ਜਦੋਂ ਅਸੀਂ ਕਿਤੇ ਬਾਜ਼ਾਰੋਂ ਘਿਓ ਲਿਆਉਂਦੇ ਹਾਂ ਨਾ, ਕਦੀ ਇਹ ਨਹੀਂ ਕਹਿੰਦੇ ਇਹ ਕਿਹੜੀ ਗਾਂ ਨੇ ਦੁੱਧ ਦਿੱਤਾ ਸੀ, ਕਿਹੜੀ ਗਾਂ ਤੋਂ ਇਹ ਬਣਿਆ, ਦੁੱਧ ਤੋਂ ਘਿਓ ਬਣਿਆ। ਹੈਂਜੀ, ਜਿਹੜੀ ਮਰਜ਼ੀ ਨਸਲ ਦੀ ਅਸੀਂ ਤਾਂ ਘਿਓ ਨਾਲ ਮਤਲਬ ਰੱਖਣਾ, ਇੱਦਾਂ ਹੀ ਹੁੰਦਾ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਕੱਲ੍ਹ ਤਾਂ ਸਮਾਂ ਚੇਂਜ ਹੋ ਗਿਆ, ਪਰ ਪਹਿਲੇ ਸਮਿਆਂ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਪਿਆਰਿਓ, ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਵੇ ਨਾ, ਚੜ੍ਹਾਈ ਪਿੰਡਾਂ ਵਿੱਚ ਅੱਜ ਵੀ ਕਈ ਥਾਵਾਂ 'ਤੇ ਹੁੰਦਾ, ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਨਾ, ਤਾਂ ਕਰਦੇ ਕੀ ਨੇ, ਜਿਹੜੇ ਬਿਸਤਰੇ 'ਤੇ ਸੌਂਦਾ ਉਹ ਬਿਸਤਰਾ ਦਾਨ ਕਰ ਦੇਣਾ, ਇੱਦਾਂ ਹੀ ਹੁੰਦਾ ਨਾ, ਉਹਦੇ ਕੱਪੜੇ ਵੀ ਦਾਨ ਕਰ ਦੇਣੇ। ਅਤੇ ਜਿਹੜੀ ਗੱਡੀ 'ਚ ਬਹਿੰਦਾ ਬੰਦਾ, ਦੱਸੋ ਜਿਹੜੀ ਗੱਡੀ 'ਚ ਬਹਿੰਦਾ ਸੀ ਉਹ ਗੱਡੀ ਦਾਨ ਕਰਦੇ ਹਾਂ, ਕਿਸੇ ਨੇ ਵੇਖਿਆ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਨੂੰ ਦੱਸੋ, 50 ਲੱਖ ਦੀ ਬੰਦੇ ਕੋਲ ਗੱਡੀ ਸੀ,
50 ਲੱਖ ਦੀ ਗੱਡੀ 'ਚ ਬੰਦਾ ਬਹਿੰਦਾ ਸੀ, ਕੱਪੜੇ ਤੇ ਦੇਤੇ ਦਾਨ, ਜਿਹੜੇ ਬਿਸਤਰੇ ਤੇ ਸੌਂਦਾ ਸੀ ਉਹ ਬਿਸਤਰਾ ਵੀ ਕਰਤਾ ਦਾਨ, ਪਰ ਜਿਹੜੀ 50 ਲੱਖ ਦੀ ਜਾਂ ਕਰੋੜ ਦੀ ਜਾਂ 30 ਲੱਖ ਦੀ 20 ਲੱਖ ਦੀ ਗੱਡੀ 'ਚ ਬੰਦਾ ਬਹਿੰਦਾ ਸੀ ਉਹ ਤਾਂ ਦਿੱਤੀ ਨਹੀਂ, ਉਹ ਨਹੀਂ ਦਿੱਤੀ, ਕਿਉਂ? ਉਹ ਮਹਿੰਗੀ ਚੀਜ਼ ਹੈ, ਉਹਨੂੰ ਸਾਫ਼ ਕਰਕੇ ਫਿਰ ਉਹਦੇ 'ਚ ਬਹਿ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਕਈ ਵਾਰੀ ਬੰਦਾ ਕਹਿੰਦਾ ਜੀ ਮੈਂ ਵੱਡਾ ਅਹੁਦੇਦਾਰ ਹਾਂ, ਫਲਾਣੇ ਬੰਦੇ ਦੇ ਹੱਥੋਂ ਮੈਂ ਖਾਣਾ ਨਹੀਂ ਖਾਣਾ। ਮੈਂ ਜਿਹੜੀ ਗੱਲ 'ਤੇ ਲਿਆਉਣਾ ਚਾਹ ਰਿਹਾ ਅੱਜ ਸਮਝਣ ਦਾ ਯਤਨ ਕਰਿਓ, ਮੈਂ ਵੱਡਾ ਅਹੁਦੇਦਾਰ ਹਾਂ, ਮੈਂ ਉੱਚੀ ਜਾਤ ਦਾ ਵਾਂ, ਮੈਂ ਤਾਂ ਫਲਾਣਾ ਮਹਾਂਪੁਰਸ਼ ਹਾਂ, ਫਲਾਣੇ ਬੰਦੇ ਦੇ ਹੱਥੋਂ ਮੈਂ ਚੀਜ਼ ਨਹੀਂ ਖਾਣੀ। ਅਤੇ ਜਦੋਂ ਉਹ ਹੀ ਉੱਚੀ ਜਾਤ ਵਾਲੇ ਨੂੰ ਕਿਤੇ ਸੱਟ ਲੱਗ ਜਾਵੇ, ਡਾਕਟਰ ਕੋਲ ਜਾਵੇ ਇਲਾਜ ਕਰਾਉਣ, ਡਾਕਟਰ ਕੋਲ ਇਹ ਨਹੀਂ ਪੁੱਛਦਾ ਤੇਰੀ ਜਾਤ ਕੀ ਹੈ, ਕਹਿੰਦਾ ਫਟਾਫਟ ਇਲਾਜ ਕਰ ਭਾਈ। ਆਖੋ ਧੰਨ ਗੁਰੂ ਰਾਮਦਾਸ ਜੀ, ਇੱਦਾਂ ਹੀ ਹੁੰਦਾ ਨਾ, ਫਟਾਫਟ ਮੇਰਾ ਇਲਾਜ ਕਰ। ਉੱਥੇ ਖਾਣਾ ਨਹੀਂ ਖਾਂਦੇ ਅਤੇ ਉੱਥੇ ਡਾਕਟਰਾਂ ਕੋਲੋਂ ਹੱਥ ਲਵਾਉਂਦੇ ਆ, ਇਹ ਤਾਂ ਵਹਿਮ ਭਰਮ ਨੇ ਭਾਈ, ਇਹ ਅਸੀਂ ਬਣਾਏ ਨੇ ਜਾਤਾਂ ਪਾਤਾਂ, ਆਹ ਵਹਿਮ ਭਰਮ ਅਸੀਂ ਕ੍ਰੀਏਟ ਕੀਤੇ ਨੇ। ਜੇ ਅੱਜ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਜਾਂ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਇੱਥੇ ਜੁੜੇ ਹੋ ਨਾ, ਅੱਜ ਇਹ ਵਹਿਮ ਭਰਮ ਅੰਦਰੋਂ ਕੱਢ ਕੇ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਈ ਜਾਤ ਮਾੜੀ ਨਹੀਂ, ਹਾਂ ਉਹ ਬੰਦਾ ਜ਼ਰੂਰ ਮਾੜਾ ਜਿਹੜਾ ਇਨਸਾਨੀ ਜਾਮਾ ਪਹਿਣ ਕੇ ਕੰਮ ਪਸ਼ੂਆਂ ਵਾਲੇ ਕਰਦਾ, ਉਹ ਬੰਦਾ ਜ਼ਰੂਰ ਮਾੜਾ ਹੈ ਜੀ, ਪਰ ਕੋਈ ਜਾਤ ਨਹੀਂ ਮਾੜੀ। ਹੁਣ ਤੁਸੀਂ ਸਿਆਣੇ ਹੋ, ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਜੇ ਤੂੰ ਨੀਵੀਂ ਜਾਤ ਵਿੱਚ ਜਨਮ ਲੈ ਕੇ ਨਾ, ਨੀਵੀਂ ਜਾਤ ਵਿੱਚ ਕਹਿਣ 'ਚ ਆਉਂਦੀਆਂ ਨੇ ਜਾਤਾਂ, ਅਸੀਂ ਬਣਾ ਲਈਆਂ ਨੇ, ਨੀਵੀਂ ਜਾਤ ਵਿੱਚ ਰਹਿ ਕੇ ਜਨਮ ਲੈ ਕੇ ਜੇ ਤੂੰ ਕੰਮ ਉੱਚੇ ਕੀਤੇ ਨੇ ਨਾ, ਦੁਨੀਆਂ ਦੀ ਕੋਈ ਤਾਕਤ ਨਹੀਂ ਤੇਰਾ ਡੰਕਾ ਦੁਨੀਆਂ ਵਿੱਚ ਵੱਜਣ ਤੋਂ ਰੋਕ ਸਕੇ ਕੋਈ। ਅਤੇ ਜੇ ਤੂੰ ਉੱਚੀ ਜਾਤ ਵਿੱਚ ਜੰਮ ਕੇ ਕੰਮ ਨੀਵੇਂ ਕਰਦਾ ਨਾ, ਕੋਈ ਦੁਨੀਆਂ ਦੀ ਤਾਕਤ ਨਹੀਂ ਇੱਥੇ ਵੀ ਅਤੇ ਉੱਥੇ ਵੀ ਜਿਹੜੀ ਤੈਨੂੰ ਮਾੜੀਆਂ ਚੀਜ਼ਾਂ ਦੇ ਘਰਾਵ ਤੋਂ ਰੋਕ ਲਵੇ। ਸੱਚਾਈ ਕਹਿ ਰਹੇ ਹਾਂ, ਇੱਥੇ ਵੀ ਥੂ ਥੂ ਹੋਣੀ ਹੈ ਅਤੇ ਉੱਥੇ ਵੀ ਜਮਾਂ ਦੀ ਮਾਰ ਪੈਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਅੱਜ ਮਹਾਂਪੁਰਖਾਂ ਦੀ ਯਾਦ ਮਨਾ ਰਹੇ, ਇਹ ਵਹਿਮ ਭਰਮ ਕੱਟ ਕੇ ਜਾਓ। ਵਹਿਮ ਭਰਮ, ਮੈਂ ਤਾਂ ਫਲਾਣੇ ਦੇ ਹੱਥੋਂ ਕੁਝ ਨਹੀਂ ਖਾਂਦਾ, ਜਿਹੜੇ ਚਾਰ ਬੰਦਿਆਂ 'ਚ ਇਹੋ ਜਿਹੇ ਡਰਾਮੇ ਕਰਦੇ ਨਾ, ਜਹਾਜ਼ਾਂ ਵਿੱਚ ਬਹਿ ਕੇ ਵੇਖਿਓ ਉਹਨਾਂ ਨੂੰ, ਕਦੀ ਉਹਨਾਂ ਦੇ ਹੱਥੋਂ ਦਿਖਾ ਵੀ ਲੈਂਦੇ ਹਾਂ ਜੀ, ਉਹਨਾਂ ਦੇ ਹੱਥੋਂ ਤਾਂ ਖਾ ਵੀ ਲਵਾਂਗੇ, ਉਹਨਾਂ ਦੇ ਹੱਥੋਂ ਦੇ ਪਾਣੀ ਵੀ ਪੀ ਲਾਂਗੇ। ਅਸੀਂ ਇਹ ਥੋੜ੍ਹੀ ਪੁੱਛਿਆ ਏਅਰ ਹੋਸਟੈਸ ਜਿਹੜੀ ਖਲੋਤੀ ਹੈ ਬੱਚੀ ਉਹਦੀ ਕੀ ਜਾਤ ਹੈ, ਕਦੀ ਨਹੀਂ ਪੁੱਛਦੇ ਕਿੱਥੇ ਗਏ ਤੇਰੇ ਵਹਿਮ ਭਰਮ। ਇਹ ਤਾਂ ਇੱਕ ਲੋਕ ਦਿਖਾਵਾ ਜਿਹਾ ਬਣਾਇਆ। ਇਹ ਮੇਰੀ ਬੇਨਤੀ ਅੱਜ ਪੱਕਾ ਆਪਣੇ ਅੰਦਰ ਪ੍ਰਣ ਕਰਕੇ ਜਾਓ, ਦੱਤਿਆ ਅੱਜ ਮੈਂ ਤੇਰੀ ਹਜ਼ੂਰੀ 'ਚ ਇਹ ਵਾਅਦਾ ਕਰ ਰਹੀ ਹਾਂ ਜਾਂ ਵਾਅਦਾ ਕਰ ਰਹੇ ਹਾਂ, ਅੱਜ ਤੋਂ ਇਹ ਵਹਿਮਾਂ ਭਰਮਾਂ ਤੋਂ ਮੈਂ ਆਪਣੇ ਜੀਵਨ ਨੂੰ ਬਾਹਰ ਕੱਢਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਤਾਂ ਵੀਰਵਾਰ ਹੈ, ਮੈਂ ਕੱਪੜੇ ਨਹੀਂ ਧੋਣੇ, ਕਰਦੀਆਂ ਜੇ ਨਾ ਭੈਣੋ ਵਹਿਮ, ਵੀਰਵਾਰ ਕੱਪੜੇ ਨਹੀਂ ਧੋਣੇ, ਅੱਜ ਤਾਂ ਬੜਾ ਭੈੜਾ ਵਾਰ ਹੈ ਹੈ ਜੀ। ਅਤੇ ਜਦੋਂ ਵੀਰਵਾਰ ਜੰਮੇ ਮੁੰਡਾ ਫੇਰ ਦੱਸੋ, ਕਹਿ ਦਿਆ ਕਰੋ ਅੱਜ ਨਾ ਜੰਮੀ, ਅੱਜ ਬੜਾ ਭੈੜਾ ਵਾਰ ਹੈ, ਇੱਦਾਂ ਨਹੀਂ ਨਾ ਹੁੰਦਾ ਕਿ ਹੁੰਦਾ ਹੈ। ਦਿਨ ਵਾਰ ਜੇ ਪਰਮੇਸ਼ਰ ਨੇ ਸਾਰੇ ਇੱਕ ਸਮਾਨ ਬਣਾਏ ਨੇ,
ਹਰ ਬੰਦੇ ਨੂੰ ਇੱਕ ਸਮਾਨ ਬਣਾਇਆ ਉੱਚੀ ਜਾਤ ਵਾਲਿਆਂ ਦੇ ਅੰਦਰ। ਇਹ ਨਹੀਂ ਕਿ ਹਰਾ ਖੂਨ ਹੈ ਅਤੇ ਸਾਡੇ ਅੰਦਰ ਲਾਲ ਹੈ, ਉਹਨੇ ਖੂਨ ਇੱਕੋ ਜਿਹਾ ਰੱਖਿਆ। ਜਦੋਂ ਹਵਾ ਚੱਲਦੀ ਹੈ ਸਭ ਨੂੰ ਇੱਕ ਸਮਾਨ ਹੋ ਕੇ ਲੱਗਦੀ ਹੈ, ਸੱਚੀ ਗੱਲ ਹੈ ਨਾ। ਜਦੋਂ ਬਾਰਿਸ਼ ਦੀਆਂ ਬੂੰਦਾਂ ਪੈਂਦੀਆਂ, ਇਹ ਨਹੀਂ ਕਿ ਉੱਚੀ ਜਾਤ ਵਾਲੇ ਦੇ ਖੇਤਾਂ 'ਚ ਮੈਂ ਪਹਿਲੇ ਜਾਣਾ ਅਤੇ ਨੀਵੀਂ ਜਾਤ ਵਾਲਿਆਂ ਦੇ ਬਾਅਦ 'ਚੋਂ ਜਾਣਾ, ਇੱਦਾਂ ਨਹੀਂ ਹੁੰਦਾ। ਜੇ ਪਰਮੇਸ਼ਰ ਨੇ ਕੋਈ ਭਿੰਨ ਭੇਦ ਨਹੀਂ ਕੀਤਾ ਤਾਂ ਤੂੰ ਵੀ ਇਹ ਵਹਿਮਾਂ ਭਰਮਾਂ ਤੋਂ ਉੱਚਾ ਉੱਠ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪਣੇ ਆਪ ਨੂੰ ਗੁਰਮਤ ਦੇ ਨਾਲ ਜੋੜੋ, ਪਰਮੇਸ਼ਰ ਦੀ ਬੰਦਗੀ ਨਾਲ ਜੋੜੋ। ਔਰ ਬੰਦਗੀ ਇਕੱਲੀ ਇਹ ਨਹੀਂ ਕਿ ਮੈਂ ਹੁਣ ਮਾਲਾ ਫੜ ਕੇ ਸਾਰੀ ਦਿਹਾੜੀ ਬੈਠਾ ਰਿਹਾ, ਵਿਹਲਾ ਬਹਿ ਗਿਆ, ਮੈਂ ਨਾ ਕੋਈ ਕੰਮ ਕਰਨਾ ਨਾ ਕੋਈ ਕਾਰ ਕਰਨਾ, ਇਹ ਬੰਦਗੀ ਹੈ। ਨਹੀਂ ਨਹੀਂ ਨਹੀਂ, ਸਾਧੂ ਮਹਾਤਮਾ ਉਹ ਆਪਣੀ ਜਗ੍ਹਾ 'ਤੇ ਜੋ ਕਰ ਰਹੇ ਨੇ ਉਹ ਵਾਹ ਭਲਾ, ਪਰ ਗ੍ਰਸਤੀਆਂ ਦੀ ਬੰਦਗੀ ਪਤਾ ਕੀ ਹੈ? 2.5 ਘੰਟੇ ਦਾ ਸਮਾਂ ਤੂੰ ਪਰਮੇਸ਼ਰ ਦੇ ਲੇਖੇ ਲਾ ਤਾ 24 ਘੰਟਿਆਂ 'ਚੋਂ, ਅਤੇ ਉਸ ਤੋਂ ਬਾਅਦ ਜਿਹੜਾ ਕਾਰ ਵਿਹਾਰ ਕਰਨਾ ਹੈ ਨਾ, ਕਾਰ ਵਿਹਾਰ ਕਰਦੇ ਆ, ਕੋਸ਼ਿਸ਼ ਕਰ ਤੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲੇ। ਇਹ ਨਹੀਂ ਕਿ ਤੂੰ ਕਾਰੋਬਾਰ ਛੱਡ ਦੇਣੇ ਨੇ, ਘਰ ਵਾਲੀ ਨਾਲ ਦੁੱਖ ਸੁੱਖ ਫਰੋਲਦਾ, ਬੱਚਿਆਂ ਨਾਲ ਬੈਠਾ ਦੁੱਖ ਸੁੱਖ ਫਰੋਲ ਰਿਹਾ, ਤੇਰੇ ਅੰਦਰ ਕੋਸ਼ਿਸ਼ ਕਰ, ਵਾਹਿਗੁਰੂ ਦਾ ਜਾਪ ਚੱਲ ਰਿਹਾ, ਇੱਦਾਂ ਬੰਦਗੀ ਕਰ। ਹੁਣ ਜੇ ਅਸੀਂ ਕਹੀਏ ਜੀ ਸਾਰਾ ਸੰਸਾਰ ਭਗਤੀ ਕਰੇ, ਭਗਤੀ ਦਾ ਅਸੀਂ ਸਿਸਟਮ ਆਪਣੇ ਅੰਦਰ ਇਹ ਰੱਖ ਲਈਏ ਸਾਰੇ ਮਾਲਾ ਫੜ ਲੈਣ, ਸਾਰੇ ਗੁਟਕਾ ਸਾਹਿਬ ਫੜ ਲੈਣ, ਅਤੇ ਜਿਹੜੇ ਬਾਰਡਰਾਂ 'ਤੇ ਪੁਲਿਸ ਵਾਲੇ ਨੇ 24 ਘੰਟੇ ਜਿਹੜਾ ਪਹਿਰਾ ਦਿੰਦੇ ਨੇ, ਉਹ ਤਾਂ ਫਿਰ ਰਹਿ ਗਏ ਨਾ ਇਸ ਚੀਜ਼ ਤੋਂ। ਉਹਨਾਂ ਦੀ ਬੰਦਗੀ ਕੀ? ਉੱਥੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ, ਉਹਨਾਂ ਦੀ ਬੰਦਗੀ। ਮੈਂ ਗ੍ਰਸਤੀ ਹਾਂ, ਮੇਰੀ ਡਿਊਟੀ ਕੀ ਹੈ? ਮੈਂ ਆਪਣੇ ਬੱਚਿਆਂ ਪ੍ਰਤੀ ਇਮਾਨਦਾਰੀ ਨਾਲ ਚੱਲਾਂ, ਉਹਨਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰਾਂ, ਆਪਣੀ ਘਰਵਾਲੀ ਨੂੰ ਸਹੀ ਟਾਈਮ ਦਿਆਂ, ਉਹਦੇ ਕੋਲ ਬਹਿ ਕੇ ਦੁੱਖ ਸੁੱਖ ਫਰੋਲਾਂ, ਉਹਦੇ ਦੁੱਖ ਸੁੱਖ ਦਾ ਭਾਈਵਾਲ ਹੋਵਾਂ, ਮੇਰੀ ਬੰਦਗੀ ਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਇਹਦਾ ਨੇ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆ ਮੇਰੀ ਬੇਨਤੀ ਹੈ, ਬੇਨਤੀ, ਅੱਜ ਮਹਾਂਪੁਰਖਾਂ ਦੀ ਯਾਦ ਮਨਾ ਰਹੇ, ਵਹਿਮਾਂ ਭਰਮਾਂ ਤੋਂ ਉੱਚੇ ਉੱਠੋ ਅਤੇ ਅਸਲੀਅਤ ਦੇ ਵਿੱਚ ਬੰਦਗੀ ਕਰੋ। ਅਸਲੀਅਤ ਦੇ ਵਿੱਚ 2.5 ਘੰਟੇ ਦਾ ਸਮਾਂ ਲੇਖੇ ਲਾਉਣਾ, ਅਤੇ ਉਸ ਤੋਂ ਬਾਅਦ ਕੋਸ਼ਿਸ਼ ਕਰ, ਕੰਮ ਕਾਰ ਕਰਦਿਆਂ ਵੀ ਜਪਿਆ ਜਾਵੇ, ਕੋਸ਼ਿਸ਼ ਕਰ। ਇੱਕ ਗਾਹਕ ਗਿਆ, ਦੂਜੇ ਦਾ ਇੰਤਜ਼ਾਰ ਕਰ ਰਹੇ ਹਾਂ, ਤੇਰੇ ਅੰਦਰ ਚੱਲੇ ਵਾਹਿਗੁਰੂ 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 ਵਾਹਿਗੁਰੂ। ਮੰਨ ਲਓ ਇੱਦਾਂ ਨਹੀਂ ਕਰ ਸਕਦੇ, ਇੱਦਾਂ ਨਹੀਂ ਕਰ ਸਕਦੇ, ਮੰਨ ਲਓ ਨਹੀਂ ਅਵਸਥਾ ਬਣੀ, ਇੱਕ ਕੰਮ ਕਰ ਲਓ। ਅੱਜ ਕੱਲ੍ਹ ਹਰੇਕ ਬੰਦੇ ਦੇ ਕੋਲ ਮੋਬਾਈਲ ਹੈ, ਹਰੇਕ ਬੰਦੇ ਕੋਲ, ਆਪਣੇ ਮੋਬਾਈਲ ਦੇ ਉੱਤੇ ਘੰਟੇ ਘੰਟੇ ਦਾ ਟਾਈਮ ਸੈੱਟ ਕਰ ਲਓ, ਅਲਾਰਮ ਲਾ ਲਓ 1 ਘੰਟੇ ਬਾਅਦ ਦਾ। ਮੰਨ ਲਓ 11 ਵਜੇ ਅਲਾਰਮ ਲੱਗਾ, ਜਦੋਂ ਅਲਾਰਮ ਵੱਜਿਆ ਕੰਮ ਕਰ ਕਰਦੇ ਹਾਂ, ਤੂੰ ਸੁਚੇਤ ਹੋ ਜਾ। ਹੁਣ ਮੈਂ ਇੰਨਾ ਹੀ ਕਹਿਣਾ, 5 ਵਾਰੀ ਵਾਹਿਗੁਰੂ ਕਹਿਣਾ ਅਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਧਿਆਨ ਕਰਕੇ ਕਹਿਣਾ, ਮਹਾਰਾਜ ਤੁਹਾਡੇ ਹੁਕਮ ਵਿੱਚ, ਤੁਹਾਡੇ ਸ਼ੁਕਰਾਨੇ ਵਿੱਚ, ਤੁਹਾਡੀ ਕਿਰਪਾ ਨਾਲ ਪਿਛਲਾ 1 ਘੰਟੇ ਦਾ ਸਮਾਂ ਬੀਤ ਗਿਆ, ਹੁਣ ਜਿਹੜਾ 1 ਘੰਟੇ ਦਾ ਸਮਾਂ ਆਉਣ ਵਾਲਾ, ਆਪਣੀ ਬਖਸ਼ਿਸ਼, ਆਪਣੀ ਨਜ਼ਰ ਵਿੱਚ ਮੇਰਾ ਇਹ ਸਮਾਂ ਬਤੀਤ ਕਰਾਇਓ, ਮੇਰੇ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ, ਮੇਰੀਆਂ ਅੱਖਾਂ ਬੁਰਾ ਨਾ ਵੇਖਣ, ਮੇਰੇ ਕੰਨ ਨਿੰਦਿਆ ਨਾ ਸੁਣਨ। ਆ ਜਿਹੜਾ 1 ਘੰਟੇ ਦਾ ਸਮਾਂ ਆਉਣ ਵਾਲਾ ਹੈ ਨਾ, ਇਹ ਸਮਾਂ ਤੇਰੀ ਯਾਦ ਵਿੱਚ ਬੀਤੇ, ਇੱਦਾਂ ਘੰਟੇ ਘੰਟੇ ਦਾ ਅਲਾਰਮ ਲਾ ਲਓ।
ਮੈਂ ਕਹਿੰਦਾ ਕੁਝ ਦਿਨਾਂ ਦੇ ਵਿੱਚ ਹੀ ਅੰਦਰ ਇੰਨਾ ਖੇੜਾ ਆਉਣ ਲੱਗ ਪਏਗਾ, ਇੰਨੀ ਸ਼ਾਂਤੀ ਆਉਣ ਲੱਗ ਪਏਗੀ, ਇੰਨਾ ਆਨੰਦਮਈ ਮਾਹੌਲ ਬਣ ਜਾਏਗਾ ਅੰਦਰ, ਇੱਦਾਂ ਫੀਲ ਹੋਏਗਾ ਜਿਹੜਾ ਮੈਂ ਰੋਜ਼ ਪੜ੍ਹਦਾ ਸੀ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ, ਹੁਣ ਫੀਲ ਹੋਏਗਾ ਸੱਚਮੁੱਚ ਉਹ ਮੇਰੇ ਨਾਲ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਹ ਕੰਮ ਕਰਨਾ ਜੇ ਮਹਾਂਪੁਰਖਾਂ ਦੀ ਯਾਦ ਵਿੱਚ ਵਹਿਮਾਂ ਭਰਮਾਂ ਤੋਂ ਉੱਚੇ ਉੱਠਣਾ। ਅੱਜ ਜੀ ਸ਼ਨੀਵਾਰ ਮੈਂ ਤੇ ਸਿਰ ਨਹੀਂ ਧੋਣਾ, ਅੱਜ ਤੇ ਵੀਰਵਾਰ ਮੈਂ ਕੱਪੜੇ ਨਹੀਂ ਧੋਣੇ, ਅੱਜ ਫਲਾਣਾ ਵਾਰ ਮੈਂ ਨਹੁੰ ਨਹੀਂ ਕੱਟਣੇ, ਇੱਦਾਂ ਨਹੀਂ, ਇੱਦਾਂ ਨਹੀਂ। ਜੇ ਉਹਨੇ ਕੋਈ ਦਿਨਾਂ ਵਾਰਾਂ ਦੇ ਨਾਲ ਭਿੰਨ ਭੇਦ ਨਹੀਂ ਕੀਤਾ ਮਾਲਕ ਨੇ, ਤੇ ਅਸੀਂ ਵੀ ਨਹੀਂ ਕਰਨਾ। ਅਸੀਂ ਵੀ ਹਰ ਦਿਨ ਹਰ ਪਲ ਕੋਸ਼ਿਸ਼ ਕਰਨਾ ਉਹਦੀ ਯਾਦ ਵਿੱਚ ਬੀਤੇ। ਹਾਂ, ਉਹ ਦਿਨ ਵਾਰ ਮਾੜਾ ਜ਼ਰੂਰ ਹੈ, ਉਹ ਮੈਂ ਨਾਲ ਬੇਨਤੀ ਕਰਦਾ ਜਾਵਾਂ, ਦਿਨ ਵਾਰ ਸਾਰੇ ਚੰਗੇ ਨੇ, ਪਰ ਉਹ ਦਿਨ ਵਾਰ ਮਾੜਾ ਜ਼ਰੂਰ ਜਿਸ ਦਿਨ ਤੋਂ ਨਿਤਨੇਮ ਨਹੀਂ ਕੀਤਾ, ਜਿਸ ਦਿਨ ਤੋਂ ਮਹਾਂਪੁਰਖਾਂ ਦੀ ਸੰਗਤ ਵਿੱਚ ਨਹੀਂ ਬੈਠਾ, ਜਿਸ ਦਿਨ ਜਿਸ ਦਿਨ ਤੋਂ ਬੰਦਗੀ ਵਾਲਿਆਂ ਦੀ ਸੰਗਤ 'ਚ ਬਹਿ ਕੇ ਗੁਰੂ ਨੂੰ ਯਾਦ ਨਹੀਂ ਕੀਤਾ, ਉਹ ਦਿਨ ਮਾੜਾ ਜ਼ਰੂਰ ਹੈ। ਜਿਸ ਦਿਨ ਤੇਰੇ ਅੰਦਰ ਸ਼ਹੀਦ ਸਿੰਘਾਂ ਪ੍ਰਤੀ ਕੋਈ ਤਰੇੜ ਆ ਗਈ, ਕਮਾਈ ਵਾਲੇ ਸਾਧੂਆਂ ਪ੍ਰਤੀ ਕੋਈ ਤਰੇੜ ਆ ਗਈ, ਉਹ ਦਿਨ ਵਾਰ ਮਾੜਾ ਜ਼ਰੂਰ, ਬਾਕੀ ਦਿਨ ਵਾਰ ਕੋਈ ਮਾੜਾ ਨਹੀਂ। ਇਹ ਮੇਰੀ ਬੇਨਤੀ ਹੈ, ਵਹਿਮਾਂ ਭਰਮਾਂ ਤੋਂ ਉੱਚੇ ਉੱਠੀਏ, ਆਪਣੇ ਜੀਵਨ ਨੂੰ ਚੱਕਣ ਦੀ ਕੋਸ਼ਿਸ਼ ਕਰੀਏ। ਜਿੰਨਾ ਦੂਜਿਆਂ ਨੂੰ ਡੇਗਣ 'ਤੇ ਸਮਾਂ ਲਾਉਂਦੇ ਹਾਂ ਨਾ, ਆਪਣੇ ਆਪ ਨੂੰ ਚੱਕਣ 'ਤੇ ਲਾਓ, ਆਪਣੇ ਜੀਵਨ ਨੂੰ ਚੱਕਣ 'ਤੇ ਲਾਓ, ਫਿਰ ਵੇਖਿਓ ਇੱਕ ਅਨੋਖੀ ਕ੍ਰਾਂਤੀ ਆਏਗੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਅਤੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 748 749 ਨੰਬਰ ਅੰਗ ਦੇ ਉੱਤੇ ਦਰਜ, ਮੇਰੇ ਨਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਢੁਲਾਵਾ, ਚਰਨ ਧੂੜ ਮੁਖ ਲਾਈ। ਸਾਰੀ ਸੰਗਤ ਸਿੱਧੀ ਧਾਰਨਾ 'ਚ ਮੈਂ ਬੋਲਣਾ, ਅਤੇ ਮੇਰੇ ਨਾਲ ਨਾਲ ਕੀਰਤਨ ਕਰਿਓ, ਕੋਈ ਰਸਨਾ ਮਾਂਝੀ ਨਾ ਰਹੇ, ਪੜਿਓ ਜੀ। ਮੇਰੇ ਨਾਮ ਹਰ ਜਨ ਕੈ, ਮੇਰੇ ਨਾਮ ਹਰ ਜਨ ਕੈ, ਹਉ ਬਲ ਜਾਈ, ਹਉ ਬਲ ਜਾਈ। ਮੇਰੇ ਨਾਮ ਹਰ ਜਨ ਕੈ, ਚਵਰ ਟੁਲਾਵਾ, ਕੇਸਾਂ ਕਾ ਕਰ ਚਵਰ ਟੁਲਾਵਾ, ਚਰਨ ਤੋੜ ਮੁਖ ਲਾਈ, ਚਰਨ ਤੋੜ ਮੁਖ ਲਾਈ, ਹਉ ਬਲ ਜਾਈ, ਹਉ ਬਲ ਜਾਈ। ਮੇਰੇ ਰਾਮ ਹਰ ਜਨ ਕੈ, ਹਉ ਬਲ ਜਾਈ, ਹਉ ਬਲ ਜਾਈ। ਮੇਰੇ
ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ। ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਜਿਨ ਕਰ ਤਨ ਹਰ ਨਾਮਾ, ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਜਿਨ ਕਰ ਤਨ ਹਰ ਨਾਮਾ, ਪਰਵਾਣ ਗਣੀ ਸਈਏ ਆਏ ਸਫਲ ਕਰੋਗੇ ਕਿਰਪਾ। ਦਾਸ ਬੋਲੇ ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਭੈਣਾ ਇੱਕ ਇੱਕ 'ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਬੋਲਿਓ ਗੱਜ ਕੇ। ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ, ਹਾਂ ਬਲ ਜਾਈ, ਮੇਰੇ ਰਾਮ ਵੀਰੋ ਬੋਲੋ ਹਰ ਜਨ ਕੈ ਹਾਂ ਬਲ ਜਾਈ, ਹਾਂ ਬਲ, ਭੈਣਾ ਬੋਲੋ ਮੇਰੀਆਂ, ਵੇਖੋ ਬੋਲੇ ਵੀਰ ਵੀ ਤੇ ਭੈਣਾ ਵੀ, ਪਰ ਥੋੜਾ ਜਿਹਾ ਜ਼ੋਰ ਹੋਰ ਲਾਉਣਾ ਆਪਾਂ ਗੱਜ ਕੇ, ਮੇਰੇ ਤੋਂ ਬਾਅਦ ਵੀਰ ਫਿਰ ਭੈਣਾ। ਵਾਹ ਵਾਹ। ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ, ਹਾਂ ਬਲ ਜਾਈ, ਮੇਰੇ ਰਾਮ ਹਰ ਜਨ ਕੈ ਬੋਲੋ ਫਿਰ ਬੋਲੋ ਭੈਣਾ, ਮੇਰੇ ਸੁਖ ਸੱਚੀ ਵਡਿਆਈ ਜਿਸ ਕੇ ਸੇ
ਸਾਰੇ ਗੱਜ ਕੇ ਬੋਲੋ ਮੇਰੇ ਰਾਮ ਤਨ ਖੰਡੇ ਵਾਲਿਆ ਸਭ ਦੀਆਂ ਬਾਵਾਂ ਫੜ ਲੈ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਮੇਰੀ ਪਾਣੀ ਟੋਵਾ ਹਰ ਜਨ ਕੈ ਪੀਸਣ ਪੀਸ ਕਮਾਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਪੱਖਾ ਫੇਰੀ ਪਾਣੀ ਟੋਵਾ ਹਰ ਜਨ ਕੈ ਪੀਸਣ ਪੀਸ ਕਮਾਵਾਂ ਜਨ ਕੈ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਨਿਰਮਲੇ ਹਾਂ ਸਦ ਬਲਿਹਾਰੇ ਜਾਸ ਹਿਰਦੇ ਜਿਨ ਕੈ ਹਰ ਵਸੈ ਤਿਤ ਘਟ ਹੈ ਪਰਗਾਸ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਫਿਰ ਬੋਲੋ ਮੇਰੇ
ਸਤਿਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰ ਕੇ ਹਰ ਰੱਖਿਆ ਉਰਤਾਰ ਹਾਂ ਤਿੰਨ ਕੈ ਸਤ ਬਲੇ ਖਾਰਣੇ ਹਾਂ ਤਿੰਨ ਕੈ ਬਲੇ ਖਾਰਣੇ ਬਲੇ ਖਾਰਣੇ ਹਾਂ ਤਿੰਨ ਕੈ ਬਲੇ ਖਾਰਣੇ ਹਾਂ ਤਿੰਨ ਕੈ ਬਲੇ ਖਾਰਣੇ ਹਾਂ ਤਿੰਨ ਕੈ ਬਲੇ ਹਾਰਣੇ ਹਾਂ ਤਿੰਨ ਕੈ ਬਲੇ ਹਾਰਣੇ ਸਾਜਾਂ ਨੂੰ ਵਿਸ਼ਰਾਮ ਦੇ ਕੇ ਤੁਹਾਡੀ ਆਵਾਜ਼ ਸੁਣੀ ਜੇ ਢਿੱਲੇ ਨਹੀਂ ਪੈਣਾ ਪੰਜਾਂ ਪੰਜਾਂ ਦੀ ਇੱਕ ਇੱਕ ਚੰਬਾਜ ਆਉਣੀ ਚਾਹੀਦੀ ਗੱਜ ਕੇ ਹਾਂ ਤਿੰਨ ਕੈ ਬਲੇ ਖਾਰ ਧੰਨ ਧੰਨ ਬਾਬਾ ਧੰਨ ਧੰਨ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸੰਗਤ ਬੋਲੇ ਤੋ
ਸਮਾਂ ਆਪਣਾ ਬਾਕੀ ਰਹਿ ਗਿਆ, 10 ਤੋਂ 15 ਮਿੰਟ ਦੇ ਵਿੱਚ ਵਿੱਚ ਆਪਾਂ ਸਾਰੀ ਸਮਾਪਤੀ ਕਰ ਦੇਣੀ। ਹੁਣ ਥੋੜ੍ਹਾ ਜਿਹਾ ਧਿਆਨ ਦੇਣਾ, ਜਿਵੇਂ ਮੈਂ ਸ਼ੁਰੂਆਤ ਵਿੱਚ ਬੇਨਤੀ ਕੀਤੀ ਸੀ ਨਾ, ਹਰ ਚੀਜ਼ ਦੀ ਰਿਸਪੈਕਟ ਉਹਦੇ ਗੁਣ ਦੇ ਕਰਕੇ ਕਹਿ, ਗੁਣ ਦੇ ਕਰਕੇ, ਹਰ ਚੀਜ਼ ਦੀ ਇੱਜ਼ਤ ਉਹਦੇ ਗੁਣ ਦੇ ਕਰਕੇ, ਹਰ ਚੀਜ਼ ਦਾ ਸਤਿਕਾਰ ਉਹਦੇ ਗੁਣ ਦੇ ਕਰਕੇ। ਅੱਜ ਮਹਾਂਪੁਰਸ਼ਾਂ ਦਾ ਸਤਿਕਾਰ ਵੀ ਉਹਨਾਂ ਦੇ ਗੁਣ ਕਰਕੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਆਪ ਤੇ ਨਾਮ ਜਪਿਆ ਤੇ ਜਿਹੜਾ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਆਇਆ ਉਹਨੂੰ ਵੀ ਨਾਮ ਬਾਣੀ ਵਾਲੇ ਪਾਸੇ ਹੀ ਲਾਇਆ। ਕੋਈ ਆਪਣੇ ਨਾਲ ਨਹੀਂ ਜੋੜਿਆ, ਕੋਈ ਪੁੱਠੇ ਕੰਮਾਂ ਨਾਲ ਨਹੀਂ ਜੋੜਿਆ, ਕੋਈ ਧਾਗੇ ਤਵੀਤਾਂ ਨਾਲ ਨਹੀਂ ਜੋੜਿਆ, ਕੋਈ ਕਬਰਾਂ ਨਾਲ ਮਣੀਆਂ ਮਸਾਣੀਆਂ ਨਾਲ ਨਹੀਂ ਜੋੜਿਆ। ਜਿਹੜਾ ਵੀ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਗਿਆ, ਸੰਗਤ ਵਿੱਚ ਆ ਗਿਆ, ਉਹਨੂੰ ਵੀ ਗੁਰੂ ਦੇ ਲੜ ਲਾ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਤੇ ਕੱਚੇ ਪਿੱਲਿਆਂ ਦੇ ਕੋਲ ਜਾਓ ਤੁਸੀਂ, ਨੋਟ ਕਰਨਾ, ਤੁਹਾਡੇ ਦੁੱਖ ਨੂੰ ਉਹ ਕੈਸ਼ ਕਰਾਉਂਦੇ ਨੇ, ਕੈਸ਼। ਅੱਛਾ, ਇਹਦੇ 'ਤੇ ਦੁੱਖ ਦਾ ਸਮਾਂ ਬਣਿਆ, ਇਹਦੇ ਕੋਲੋਂ ਆਹ ਵੀ ਕੰਮ ਮੈਂ ਕਰਵਾ ਸਕਦਾ। ਪਰ ਜਿਹੜਾ ਅਸਲੀਅਤ ਦੇ ਵਿੱਚ ਨਾਮ ਜਪਣ ਵਾਲਾ ਨਾ, ਉਹ ਕਿਸੇ ਦੇ ਦੁੱਖ ਨੂੰ ਕੈਸ਼ ਨਹੀਂ ਕਰਵਾਉਂਦਾ। ਉਹ ਤਾਂ ਕਹਿੰਦਾ, ਜੇ ਆ ਗਿਆ ਇਹਨੂੰ ਮੈਂ ਸਹੀ ਮਾਰਗ ਦਰਸ਼ਨ ਕਰਾਉਣਾ। ਸਹੀ, ਮੈਨੂੰ ਕੁਦਰਤੀ ਗੱਲ ਚੇਤੇ ਆਈ, ਕਲੇਰਾਂ ਤੋਂ ਇੱਕ ਸਰੀਰ ਆਇਆ ਬਾਬਾ ਨੰਦ ਸਿੰਘ ਸਾਹਿਬ ਦੇ ਕੋਲ। ਗੱਲ ਸੁਣਨ ਵਾਲੀ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਦਾਂ ਕਹੋਗੇ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਕੇ ਬੇਨਤੀ ਕੀਤੀ, ਪਹਿਲੇ ਲਫ਼ਜ਼ ਬੋਲੇ, ਕਹਿੰਦਾ ਦੁੱਖਾਂ ਵਿੱਚ ਘਿਰਿਆ ਪਿਆ। ਦੂਜੀ ਗੱਲ ਕਹਿੰਦਾ ਗਰੀਬੀ ਵੀ ਬੜੀ ਹੈ। ਅੱਗੇ ਕਹਿੰਦਾ ਕਰਜ਼ੇ ਬੈਂਕਾਂ 'ਚੋਂ
ਮੈਂ ਲਏ ਸੀ ਪਰ ਲੁਟਾ ਨਹੀਂ ਸਕਿਆ, ਸੰਪਤੀ ਵੀ ਸਾਰੀ ਜਪਤ ਹੋ ਗਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਉਸ ਵੇਲੇ ਅਗਲੀ ਗੱਲ ਪਤਾ ਕੀ ਕਹਿੰਦਾ, ਕਹਿੰਦਾ ਸੋਚ ਸੋਚ ਕੇ ਮਹਾਂਪੁਰਖੋ ਰੋਗ ਵੀ ਲੱਗਣ ਲੱਗ ਪਏ ਨੇ। ਟੈਨਸ਼ਨ ਦਿਮਾਗ 'ਤੇ ਆ ਗਈ ਕਿ ਦੁੱਖਾਂ 'ਚ ਘਿਰ ਗਏ ਹਾਂ, ਗਰੀਬੀ ਆ ਗਈ, ਬੈਂਕਾਂ ਦੇ ਕਰਜ਼ੇ ਦਿੱਤੇ ਨਹੀਂ ਗਏ, ਸੰਪਤੀ ਜਪਤ ਹੋ ਗਈ, ਸੋਚ ਸੋਚ ਕੇ ਨਾ ਰੋਗਾਂ ਦੇ ਵਿੱਚ ਘਿਰਨ ਲੱਗ ਪਿਆ। ਅਤੇ ਮਹਾਂਪੁਰਖੋ ਜਿਹੜੇ ਆਪਣੇ ਨੇ ਉਹ ਵੀ ਸਾਥ ਛੱਡ ਗਏ ਨੇ। ਹਾਂਜੀ, ਆਪਣੇ ਵੀ ਸਾਥ, ਜਿਨ੍ਹਾਂ 'ਤੇ ਮੈਂ ਬੜਾ ਮਾਣ ਕਰਦਾ ਸਾਂ ਨਾ, ਮੇਰੇ ਆਪਣੇ ਨੇ ਇਹ ਦੁੱਖ ਦੀ ਘੜੀ ਵਿੱਚ ਉਹ ਵੀ ਸਾਥ ਛੱਡ ਗਏ ਨੇ। ਅਤੇ ਆਪ ਹੀ ਪਤਾ ਕੀ ਕਹਿੰਦਾ, ਕਹਿਣ ਲੱਗਾ ਮਹਾਂਪੁਰਖੋ ਮੈਨੂੰ ਇਉਂ ਲੱਗਦਾ ਜਿਵੇਂ ਕਿਸੇ ਨੇ ਮੇਰੇ 'ਤੇ ਕੁਝ ਕੀਤਾ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਬਾਬਾ ਆਨੰਦ ਸਿੰਘ ਸਾਹਿਬ ਨੇ ਉਸ ਵੇਲੇ ਉਸ ਸਰੀਰ ਨੂੰ ਪਤਾ ਕੀ ਕਿਹਾ, ਕਹਿਣ ਲੱਗੇ ਭੋਲਿਆ, ਕਿਸੇ ਦੇ ਕੀਤਿਆਂ ਕਦੀ ਵੀ ਕਿਸੇ ਦੇ ਉੱਤੇ ਕੁਝ ਨਹੀਂ ਹੁੰਦਾ। ਦੱਦੈ ਦੋਸ਼ ਨਾ ਦੇਹੂੰ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦਾ ਮਹਾਂਪੁਰਖੋ, ਅੱਛਾ ਜੇ ਇਹ ਮੇਰਾ ਹੀ ਕੀਤਾ ਤਾਂ ਮੈਨੂੰ ਕੋਈ ਰਸਤਾ ਦਿਓ, ਗਰੀਬੀ ਤੋਂ ਛੁਟਕਾਰਾ ਹੋ ਜੇ, ਰੋਗਾਂ ਤੋਂ ਛੁਟਕਾਰਾ ਹੋ ਜੇ, ਸੰਪਤੀ ਵਾਪਸ ਆ ਜੇ, ਕੋਈ ਰਸਤਾ ਦਿਓ। ਅਤੇ ਬਾਬਾ ਆਨੰਦ ਸਿੰਘ ਜੀ ਪਤਾ ਕੀ ਕਹਿੰਦੇ, ਕਹਿਣ ਲੱਗੇ ਨਾਮ ਜਪਿਆ ਕਰ, ਸਤ ਸੰਗਤ ਕਰਿਆ ਕਰ, ਜਿਵੇਂ ਤੁਸੀਂ ਸੰਗਤ ਕਰ ਰਹੇ ਹੋ ਨਾ। ਕਹਿੰਦੇ ਨਾਮ ਜਪਿਆ ਕਰ, ਸਤ ਸੰਗਤ ਕਰਿਆ ਕਰ, ਸੇਵਾ ਕਰਿਆ ਕਰ, ਤੇਰੇ ਪੁੰਨ ਬਣ ਜਾਣਗੇ। ਨਾਮ ਜਪ ਕੇ, ਸੇਵਾ ਕਰਕੇ, ਸੰਗਤ ਕਰਕੇ ਜਦੋਂ ਪੁੰਨ ਬਣਨਗੇ, ਸੌਖਾ ਵੇਲਾ ਆ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਤੇ ਇਹ ਭੋਲਾ ਸੀ ਥੋੜ੍ਹਾ, ਭੋਲੇ ਭਾਅ ਪਤਾ ਕੀ ਕਹਿੰਦਾ, ਕਹਿੰਦਾ ਮਹਾਂਪੁਰਖੋ ਨਾਮ ਜਪਿਆ ਕਰਾਂ, ਸਤ ਸੰਗਤ ਕਰਿਆ ਕਰਾਂ, ਸੇਵਾ ਕਰਾਂ, ਫਿਰ ਮੇਰੇ ਬਣਨਗੇ ਪੁੰਨ। ਇਹ ਚੀਜ਼ ਨੂੰ ਤਾਂ ਬੜਾ ਟਾਈਮ ਲੱਗ ਜਾਣਾ, ਮੈਨੂੰ ਕੋਈ ਸੌਖਾ ਜਿਹਾ ਰਾਹ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਜਿਹੜਾ ਚਤਰ ਸਿਆਣਪ ਸਿਆਣਪਾਂ ਰੱਖਣ ਵਾਲਾ ਬੰਦਾ ਨਾ, ਉਹ ਖਾਲੀ ਰਹਿ ਜਾਂਦਾ। ਕਈ ਵਾਰੀ ਗਿਣੇ ਮਿੱਠੇ ਲਫ਼ਜ਼ਾਂ ਨਾਲ ਅਰਦਾਸ ਕਰਨ ਵਾਲਾ ਬੰਦਾ ਵੀ ਖਾਲੀ ਰਹਿ ਜਾਂਦਾ, ਪਰ ਭੋਲੇ ਭਾਅ ਵਾਲਾ ਝੋਲੀਆਂ ਭਰਵਾ ਜਾਂਦਾ। ਇਹ ਕਹਿੰਦਾ ਮਹਾਂਪੁਰਖੋ ਨਾਮ ਜਪਾਂ, ਸੇਵਾ ਕਰਾਂ, ਆ ਸਤ ਸੰਗਤ ਕਰਾਂ, ਫਿਰ ਬਣਨਗੇ ਪੁੰਨ, ਫਿਰ ਕਿਤੇ ਜਾ ਕੇ ਸੌਖਾ ਸਮਾਂ ਆਏਗਾ। ਇਹ ਟਾਈਮ, ਇਹ ਸਮੇਂ ਨੂੰ ਤੇ ਆਉਣ ਵਿੱਚ ਬਹੁਤ ਸਮਾਂ ਲੱਗੇਗਾ, ਮੈਨੂੰ ਕੋਈ ਸੌਖਾ ਜਿਹਾ ਰਾਹ ਦਿਓ। ਅਤੇ ਬਾਬਾ ਜੀ ਪਤਾ ਕੀ ਕਹਿੰਦੇ, ਕਹਿਣ ਲੱਗੇ ਪਿਆਰਿਆ, ਸੌਖਾ ਰਾਹ ਤੈਨੂੰ ਦੇ ਦੇਨੇ ਆ, ਬਚਨ ਮੰਨ ਲਏਗਾ, ਦਵਾਈ ਖਾ ਲਏਗਾ। ਕਹਿੰਦਾ ਤੁਸੀਂ ਦੱਸੋ ਤਾਂ ਸਹੀ, ਆ ਸੌਖਾ ਰਾਹ ਜੇ, ਸਾਲਾਂ ਦਾ ਕੰਮ ਮਹੀਨਿਆਂ ਦੇ ਵਿੱਚ, ਅਤੇ ਮਹੀਨਿਆਂ ਦਾ ਦਿਨਾਂ 'ਚ, ਅਤੇ ਦਿਨਾਂ ਦਾ ਹਫ਼ਤਿਆਂ 'ਚ, ਹਫ਼ਤਿਆਂ ਦਾ ਘੰਟਿਆਂ 'ਚ, ਅਤੇ ਘੰਟਿਆਂ ਦਾ ਮਿੰਟਾਂ ਸਕਿੰਟਾਂ 'ਚ ਕਰਾਉਣ ਦਾ ਰਸਤਾ ਮਹਾਂਪੁਰਖਾਂ ਨੇ ਦੇ ਦਿੱਤਾ। ਪਤਾ ਕੀ ਕਹਿੰਦੇ, ਆ ਤੁਸੀਂ ਵੀ ਨੋਟ ਕਰਿਓ, ਘਰ ਵਿੱਚ ਕੋਈ ਪਰੇਸ਼ਾਨੀ ਆ ਜੇ, ਦੁੱਖ ਤਕਲੀਫ਼ ਆ ਜੇ, ਅਸੀਂ ਕਦੇ ਨਹੀਂ ਭੱਜਣਾ, ਅਸੀਂ ਆਹ ਕੰਮ ਕਰਨਾ ਜੋ ਬਾਬਾ ਆਨੰਦ ਸਿੰਘ ਨੇ ਕਿਹਾ। ਬਾਬਾ ਜੀ ਪਤਾ ਕੀ ਕਹਿੰਦੇ, ਕਹਿੰਦੇ ਸੌਖਾ ਰਾਹ ਪੁੱਛਦਾ ਜੀ ਮਹਾਂਪੁਰਖੋ? ਕਹਿੰਦੇ ਫਿਰ ਇਉਂ ਕਰ, ਰੋਜ਼ ਅੰਮ੍ਰਿਤ ਵੇਲੇ 2 ਵਜੇ ਉੱਠਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ 2 ਤੋਂ 2:30 ਵਜੇ ਤੱਕ ਇਸ਼ਨਾਨ ਕਰਨ ਦੇ ਵਿੱਚ ਅੱਧਾ ਘੰਟਾ ਲੱਗ ਗਿਆ। ਕਹਿੰਦੇ 2:30 ਵਜੇ ਕਰਨਾ ਕੀ ਹੈ, 2:30 ਤੋਂ 3 ਵਜੇ ਤੱਕ ਆਪਣੇ ਪਿੰਡ ਦੇ ਵਿੱਚ ਟੱਲੀਆਂ ਫੜ ਕੇ ਹੌਕਾ ਦੇਣਾ, ਹੌਕਾ। ਮਹਾਂਪੁਰਖੋ ਹੌਕਾ ਦੇਣਾ? ਕਹਿੰਦੇ ਹਾਂ ਹੌਕਾ ਦੇਣਾ ਜੀ। ਕਿਹੜਾ ਹੌਕਾ ਦੇਣਾ? ਮਹਾਂਪੁਰਖ ਕਹਿੰਦੇ ਫਿਰ ਆਹ ਹੌਕਾ ਦੇਣਾ, ਰੋਜ਼ ਅੰਮ੍ਰਿਤ ਵੇਲੇ 2 ਵਜੇ ਉੱਠਣਾ, 2 ਤੋਂ 2:30 ਇਸ਼ਨਾਨ,
ਢਾਈ ਤੋਂ ਤਿੰਨ ਟਲੀਆਂ ਫੜ ਕੇ ਪੂਰੇ ਪਿੰਡ ਦੇ ਵਿੱਚ ਆਹ ਹੌਕਾ ਦੇਣਾ ਕਿਹੜਾ? ਬੜੇ ਪਿਆਰ ਨਾਲ ਉਸੇ ਤਰ੍ਹਾਂ ਤਿੰਨਾਂ ਹਿੱਸਿਆਂ 'ਚ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇ ਛੋਟੀ ਕਰਾਂ ਧਿਆਨ ਦੇਣਾ। ਕਹਿੰਦੇ 2 ਵਜੇ ਉੱਠਣਾ, 2 ਤੋਂ 2:30 ਇਸ਼ਨਾਨ, 2:30 ਤੋਂ 3 ਵਜੇ ਤੱਕ ਅੱਧਾ ਘੰਟਾ ਪੂਰੇ ਪਿੰਡ ਦੇ ਵਿੱਚ ਇਹ ਹੌਕਾ ਦੇਣਾ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ। ਕਹਿੰਦੇ ਉਸ ਤੋਂ ਬਾਅਦ ਘਰ ਆਉਣਾ, 3 ਤੋਂ ਲੈ ਕੇ 5:30 ਵਜੇ ਤੱਕ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ, ਇੱਕ ਓਅੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ। ਤੇ ਉਸ ਵੇਲੇ ਬਾਬਾ ਆਨੰਦ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਪਿਆਰਿਆ, ਜਦੋਂ ਤੂੰ ਹੌਕਾ ਦੇਵੇਂਗਾ ਨਾ, ਤੇਰੀ ਆਵਾਜ਼ ਸੁਣ ਕੇ ਕਈ ਕਲਪਣਗੇ, ਹੋ ਸਕਦਾ ਕਈ ਬੁਰਾ ਭਲਾ ਵੀ ਕਹਿਣ, ਪਰ ਪਰਵਾਹ ਨਾ ਕਰੀ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਕਹਿੰਦੇ ਜੇ ਤੇਰੀ ਪ੍ਰੇਰਨਾ ਦੇ ਨਾਲ 40-50 ਸਰੀਰ ਵੀ ਜੁੜ ਗਏ ਤੇ ਪਿਆਰਿਆ ਜਿੰਨੀ ਕਮਾਈ ਤੂੰ ਕਰੇਗਾ ਤੇ ਜਿੰਨੀ ਕਮਾਈ ਉਹ ਕਰਨਗੇ, ਤੇਰੀ ਕਮਾਈ ਦਾ ਫਲ ਤੇ ਤੇਰੀ ਝੋਲੀ 'ਚ ਪੈਣਾ ਹੀ ਪੈਣਾ, ਪਰ ਤੇਰੀ ਪ੍ਰੇਰਨਾ ਨਾਲ ਜਿੰਨੇ ਜੁੜ ਜਾਣਗੇ ਨਾ, ਉਹਨਾਂ ਦੀ ਕੀਤੀ ਹੋਈ ਕਮਾਈ ਦਾ ਵੀ 10ਵਾਂ ਹਿੱਸਾ ਤੇਰੇ ਖਾਤੇ ਵਿੱਚ ਜੁੜਨ ਲੱਗ ਪਏਗਾ। ਬੋਲੇ ਸੋਨਿਹਾਲ, ਕਹਿੰਦੇ ਇਹਦਾ ਰੋਜ਼ ਹੌਕਾ ਦੇਣਾ ਸ਼ੁਰੂ ਕਰ, ਗੁਰੂ ਨਾਨਕ ਭਲੀ ਕਰੇਗਾ, ਤੇਰਾ ਸੌਖਾ ਸਮਾਂ ਜਲਦੀ ਆ ਜਾਏਗਾ। ਇਹਨੇ ਬਚਨ ਮੰਨ ਲਿਆ ਜੀ, ਰੋਜ਼ ਅੰਮ੍ਰਿਤ ਵੇਲੇ 2 ਵਜੇ ਉੱਠਣਾ, 2:30 ਤੱਕ ਇਸ਼ਨਾਨ ਪਾਣੀ ਕਰਕੇ 2:30 ਤੋਂ 3 ਹੌਕਾ ਦੇਣਾ, 3 ਤੋਂ 5:30 ਵਜੇ ਤੱਕ ਆ ਕੇ ਮੂਲ ਮੰਤਰ ਦਾ ਅਭਿਆਸ ਕਰਨਾ। ਤੇ ਜਿਉਂ ਜਿਉਂ ਇਹ ਕਰਨਾ ਸ਼ੁਰੂ ਕੀਤਾ, ਇੱਦਾਂ ਇਹਨੂੰ ਮਹਿਸੂਸ ਹੋਣ ਲੱਗ ਪਿਆ ਜਿਵੇਂ ਮੇਰਾ ਮਨ ਹੌਲਾ ਫੁੱਲ ਵਰਗਾ ਹੋਣ ਲੱਗ ਪਿਆ। ਗੁਰੂ ਨਾਨਕ ਕਿਰਪਾ ਕਰ ਰਿਹਾ, ਮੇਰੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਨੂੰ ਕੱਟਣ ਲੱਗ ਪਿਆ ਜੀ। ਹੁਣ ਦਿਨਾਂ ਦੇ ਵਿੱਚ ਹੀ ਫਰਕ ਕੀ ਪੈਣਾ ਸ਼ੁਰੂ ਹੋਇਆ, ਜਿਹੜੀਆਂ ਜ਼ਮੀਨਾਂ ਸੀ ਨਾ ਪਿਆਰਿਓ, ਉਹਦੇ ਵਿਕ ਚੁੱਕੀਆਂ ਸੀ, ਪਰ ਇਹਦੇ ਕੋਲ ਇੱਕ ਜ਼ਮੀਨ ਦਾ ਟੁਕੜਾ ਪਿਆ ਸੀ।
ਕੁਦਰਤੀ ਜ਼ਮੀਨਾਂ ਦੇ ਰੇਟ ਵੱਧ ਗਏ ਅਤੇ ਉਹ ਜ਼ਮੀਨ ਬੜੇ ਮਹਿੰਗੇ ਭਾਅ ਵਿਕ ਗਈ। ਜਦੋਂ ਮਹਿੰਗੇ ਭਾਅ ਵਿਕੀ, ਬੈਂਕਾਂ ਦੇ ਕਰਜ਼ੇ ਵੀ ਲੱਥ ਗਏ ਅਤੇ ਜਿਹੜੀ ਸੰਪਤੀ ਜ਼ਬਤ ਹੋਈ ਸੀ ਉਹ ਵੀ ਵਾਪਸ ਆ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਜਦੋਂ ਮਾਇਆ ਇੱਦਾਂ ਆਉਣੀ ਸ਼ੁਰੂ ਹੋਈ, ਰਿਸ਼ਤੇਦਾਰ ਫਿਰ ਆਉਣ ਲੱਗ ਪਏ। ਹੈਂਜੀ, ਰਿਸ਼ਤੇਦਾਰ ਫਿਰ ਆਉਣੇ ਸ਼ੁਰੂ ਹੋ ਗਏ ਅਤੇ ਹੋਇਆ ਕਿ ਇਸ ਤੋਂ ਬਾਅਦ ਜਿਉਂ ਜਿਉਂ ਨਾਮ ਜਪਦਾ, ਬੰਦਗੀ ਕਰਦਾ, ਸਿਮਰਨ ਕਰਦਾ, ਜਿਹੜਾ ਸਰੀਰ ਰੋਗਾਂ ਦੇ ਨਾਲ ਘਿਰਿਆ ਪਿਆ ਸੀ ਨਾ, ਉਹ ਰੋਗਾਂ ਨੇ ਵੀ ਸਰੀਰ ਤੋਂ ਪਿੱਛੇ ਹੋਣਾ ਸ਼ੁਰੂ ਕਰ ਦਿੱਤਾ। ਸਰੀਰ ਵੀ ਇਹਦਾ ਰੋਗ ਮੁਕਤ ਹੋਣ ਲੱਗ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਰੇ ਸੌਖੇ ਦਿਨ ਪਹਿਲਾਂ ਤੋਂ ਵੀ ਜ਼ਿਆਦਾ ਸੌਖੇ ਦਿਨ ਆ ਗਏ ਚੰਦ ਦਿਨਾਂ ਦੇ ਵਿੱਚ ਹੀ, ਇੱਦਾਂ ਕਰਨ ਦੇ ਨਾਲ, ਅੰਮ੍ਰਿਤ ਵੇਲੇ ਉੱਠਣ ਦੇ ਨਾਲ, ਹੌਕਾ ਦੇਣ ਦੇ ਨਾਲ। ਅਤੇ ਇਹ ਅੱਜ ਸਾਰਾ ਪਰਿਵਾਰ ਕਨੇਡਾ ਸੈੱਟ ਹੈ। ਤਿੰਨ ਭਰਾ ਨੇ ਅਤੇ ਤਿੰਨ ਚਾਰ ਮਹੀਨਿਆਂ ਦੇ ਬਾਅਦ ਇੱਕ ਇੱਕ ਭਰਾ ਆਉਂਦਾ। ਮਹਾਂਪੁਰਖਾਂ ਦੇ ਦਰ ਦੇ ਉੱਤੇ ਸ਼ੁਕਰਾਨਾ ਕਰਦਾ। ਅਤੇ ਮੈਂ ਸੁਣਿਆ, ਮੈਂ ਵੇਖਿਆ ਨਹੀਂ, ਕਹਿੰਦੇ ਅੱਜ ਵੀ ਇਹਨਾਂ ਦੀ ਰੁਟੀਨ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਰੇ ਪਿੰਡ ਦੇ ਵਿੱਚ ਅੱਜ ਵੀ ਹੌਕਾ ਦਿੰਦੇ ਨੇ, ਬਾਬਾ ਆਨੰਦ ਸਿੰਘ ਦਾ ਬਚਨ ਕਮਾ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਅਤੇ ਕਿਸੇ ਨੇ ਪੁੱਛਿਆ ਜੀ ਹੁਣ ਤਾਂ ਲਹਿਰਾਂ ਪੈਰਾਂ ਨੇ, ਸਾਰੇ ਕਨੇਡਾ ਸੈੱਟ, ਹੁਣ ਕੀ ਲੋੜ? ਕਹਿੰਦੇ ਜਿਸ ਬਚਨ ਨੇ ਸਾਨੂੰ ਕਨੇਡਾ ਦਾ ਵਾਸੀ ਬਣਾਤਾ, ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਵਾਤਾ, ਸਾਡੇ ਕਰਜ਼ੇ ਲਵਾਤੇ, ਦੁੱਖਾਂ ਦੇ ਦਿਨ ਸੁੱਖਾਂ ਵਿੱਚ ਜਿਸ ਬਚਨ ਨੇ ਤਬਦੀਲ ਕਰਾਤੇ, ਮਰਦੇ ਦਮ ਤੱਕ ਅਸੀਂ ਇਹ ਬਚਨ ਕਮਾਉਣਾ ਛੱਡਣਾ ਨਹੀਂ। ਸਤਿ ਸ੍ਰੀ ਅਕਾਲ। ਇਹ ਮੇਰੀ ਦੋਵੇਂ ਹੱਥ ਜੋੜ ਬੇਨਤੀ ਏ, ਮਹਾਂਪੁਰਖਾਂ ਤੋਂ ਕਿਉਂ ਵਾਰਨੇ ਬਲਿਖਾਰਨੇ ਜਾਂਦੇ ਹਾਂ? ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਪਿਆ ਅਤੇ ਜਪਾਇਆ ਹੁੰਦਾ, ਉਹਨਾਂ ਦੇ ਗੁਣਾਂ ਕਰਕੇ ਉਹਨਾਂ ਦੀ ਰਿਸਪੈਕਟ ਏ। ਅਤੇ ਇੱਥੇ ਹੀ ਰਿਸਪੈਕਟ ਨਹੀਂ, ਉਹਨਾਂ ਦੀ ਸੋਭਾ ਦਰਗਾਹ ਦੇ ਵਿੱਚ ਵੀ, ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਮਹਾਂਪੁਰਖਾਂ ਦੀ ਜੈ ਜੈਕਾਰ ਹੁੰਦੀ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਇਤਨੀ ਕੁ ਸੇਵਾ ਪ੍ਰਵਾਨ। ਪਠਾਨਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਾਰੇ ਮਹਾਂਪੁਰਖਾਂ ਦਾ, ਸਾਰੀਆਂ ਰੱਬ ਰੂਪ ਸੰਗਤਾਂ ਦਾ, ਜਿਨ੍ਹਾਂ ਨੇ ਸੀਸਾਂ ਦਿੱਤੀਆਂ ਕੀਰਤਨ ਦੀ ਸੇਵਾ ਲਈ। ਮੇਰੇ ਬੜੇ ਪੂਜਨੀਕ ਸਤਿਕਾਰਯੋਗ ਸੰਤ ਬਾਬਾ ਸੁੱਚਾ ਸਿੰਘ ਜੀ, ਜੋ ਸਾਨੂੰ ਬੱਚਿਆਂ ਵਾਂਗੂ ਲਾਡ ਕਰਦੇ ਨੇ, ਮਹਾਂਪੁਰਖਾਂ ਦੀ ਚੜ੍ਹਦੀ ਕਲਾ ਲਈ, ਦੇਹ ਅਰੋਗਤਾ ਲਈ ਆਪ ਜੀਆਂ ਨੇ ਸਭ ਨੇ ਅਰਦਾਸ ਕਰਨੀ ਕਿ ਇਸੇ ਤਰ੍ਹਾਂ ਹੋਰ ਵੱਧ ਚੜ੍ਹ ਕੇ ਸੰਗਤਾਂ ਨੂੰ ਜੋੜਨ ਦੀਆਂ ਸੇਵਾਵਾਂ ਮਹਾਂਪੁਰਖ ਕਰਦੇ ਰਹਿਣ। ਆਓ ਜੀ, ਬੜੇ ਪਿਆਰ 'ਚ ਪੜਿਓ ਜੀ। ਮੇਰੇ ਨਾਮ ਹਰਿ ਜਨ ਕੈ ਹਾਂ ਬਲ ਜਾਈ, ਹਾਂ ਬਲ ਜਾਈ। ਮੇਰੇ ਰਾਮ ਹਰਿ ਜਨ ਕੈ ਹਾਂ ਬਲ ਜਾਈ, ਜਨ ਕੇ ਹਾਂ ਬਲ ਜਾਈ, ਹਾਂ ਬਲ ਜਾਈ। ਜੀ ਮੇਰੇ ਨਾਮ ਹਰਿ ਜਨ ਕੇ, ਮੇਰੇ ਨਾਮ ਹਰਿ ਜਨ ਕੇ, ਮੇਰੇ ਨਾਮ ਹਰਿ ਜਨ ਕੇ ਹਾਂ ਬਲ ਜਾਈ, ਹਾਂ ਬਲ ਜਾਈ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ
ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 9850-99513-98150-89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।